ये है आपका अपना सबरंग 94.7 FM। ਸਬਰੰਗ ਰੇਡੀਓ 94.7 ਤੇ ਸਾਰੇ ਲਿਸਨਰਸ ਦਾ ਇੱਕ ਵਾਰੀ ਮੈਂ ਫਿਰ ਤੋਂ ਸਵਾਗਤ ਕਰਦਾ ਜੀ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਦੋ ਬੁੱਧੀਜੀਵੀ ਡਾਕਟਰ ਐਸ ਐਲ ਵਿਰਦੀ ਤੇ ਦੂਸਰੇ ਜਿਹੜੇ ਬੁੱਧੀਜੀਵੀ ਪ੍ਰੋਫੈਸਰ ਵਿਵੇਕ ਜੇ ਐਨ ਯੂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਜਿਹੜੀ ਕਿ ਸਾਊਥ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਸੋ ਉਹਨਾਂ ਦੇ ਸੋਸ਼ਲ ਡਿਪਾਰਟਮੈਂਟ ਦੇ ਪ੍ਰੋਫੈਸਰ ਨੇ ਸਾਡੇ ਨਾਲ। ਸੋ ਡਾਕਟਰ ਸਾਹਿਬ ਆਪਕਾ ਬਹੁਤ ਬਹੁਤ ਸਵਾਗਤ ਹੈ ਪਹਿਲੇ। ਅੰਬੇਡਕਰ ਨੇ ਕਾਫੀ ਚੀਜ਼ਾਂ ਜਿਹੜੀਆਂ ਨੇਸ਼ਨ ਵਾਸਤੇ ਕੀਤੀਆਂ, ਉਹਨਾਂ ਚੋਂ ਇੱਕ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜੇ ਦੇਖਿਆ ਜਾਵੇ ਤੇ ਪਾਪੂਲੇਸ਼ਨ ਦੀ ਸਮੱਸਿਆ ਜਿਹੜੀ ਨਾ ਕਾਫੀ ਵੱਡੀ ਅੱਜ ਵੀ ਨਹੀਂ ਟੈਕਲ ਹੋ ਪਾ ਰਹੀ, ਤੇ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਕੁਛ ਉਹਨਾਂ ਦੇ ਵੀ ਖਿਆਲਾਤ ਸੀਗੇ ਇਸ ਬਾਰੇ ਵੀ ਕਿਸ ਤਰੀਕੇ ਨਾਲ ਪਾਪੂਲੇਸ਼ਨ ਕੰਟਰੋਲ ਕਰਨੀ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਨੇਸ਼ਨ ਨੇ ਗਰੋ ਕਰਨਾ ਤੇ ਪਾਪੂਲੇਸ਼ਨ ਵੀ ਡੈਫੀਨੇਟਲੀ ਗਰੋ ਕਰਨੀ, ਜਿੱਥੇ ਅੰਧ ਵਿਸ਼ਵਾਸ ਹੁੰਦਾ ਉੱਥੇ ਪਾਪੂਲੇਸ਼ਨ ਹਮੇਸ਼ਾ ਹੀ ਵਧਦੀ ਹੈ। ਸੋ ਉਹਦੇ ਬਾਰੇ ਕੀ ਉਹਨਾਂ ਤੁਸੀਂ ਦੱਸਣਾ ਚਾਹੋਗੇ ਸਾਨੂੰ ਅੱਜ? ਹਾਂਜੀ ਜਿਹੜੀ ਅੱਜ ਦੇਸ਼ ਦੇ ਸਾਹਮਣੇ ਬਹੁਤ ਵੱਡੀ ਸਮੱਸਿਆ ਉਹ ਆਬਾਦੀ ਨੂੰ ਕੰਟਰੋਲ ਕਰਨ ਦੀ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਦੇਸ਼ ਵਾਸੀਆਂ ਦੇ ਅੱਗੇ ਜਿਹੜੇ ਉਸ ਵੇਲੇ ਦੇ ਸੀਗੇ ਉਹਨਾਂ ਦੇ ਸਾਹਮਣੇ ਇਹ ਗੱਲ ਰੱਖੀ ਸੀਗੀ ਬਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਦੇਸ਼ ਜਿਹੜਾ ਸਾਨੂੰ ਇਹਨੂੰ ਆਬਾਦੀ ਦੇ ਨਾਲ ਬਹੁਤ ਜੂਝਣਾ ਪਊਗਾ, ਬਈ ਉਹ ਖਤਰਨਾਕ ਸਥਿਤੀ ਦੇ ਵਿੱਚ ਅਸੀਂ ਨਾ ਜਾਈਏ, ਉਹਦੇ ਤੋਂ ਪਹਿਲਾਂ ਸਾਨੂੰ ਜਿਹੜਾ ਆ ਇਹਨਾਂ ਦਾ ਕਾਨੂੰਨ ਬਣਾ ਦੇਣਾ ਚਾਹੀਦਾ ਹੈਗਾ ਬਈ ਇੱਕ ਜਿਹੜਾ ਆਦਮੀ ਆ ਉਹ ਇੱਕ ਬੱਚਾ ਪੈਦਾ ਕਰੇਗਾ, ਔਰ ਇਸ ਤਰ੍ਹਾਂ ਅਸੀਂ ਜੇ ਪਾਪੂਲੇਸ਼ਨ ਨੂੰ ਕੰਟਰੋਲ ਕਰ ਲਵਾਂਗੇ ਤਾਂ ਫਿਰ ਜਿਹੜੀਆਂ ਸਾਡੇ ਸਾਹਮਣੇ ਸਮੱਸਿਆਵਾਂ ਆਉਣਗੀਆਂ ਵੀ ਜਾਂ ਜਿਹੜੇ ਦੇਸ਼ ਦੇ ਪੈਦਾਵਾਰ ਦੇ ਸਾਧਨ ਵੀ ਹੈਗੇ ਆ ਬਈ ਉਹ ਜੇ ਆਬਾਦੀ ਤੇ ਕੰਟਰੋਲ ਹੋਊਗਾ ਤਾਂ ਥੋੜੇ ਲੋਕਾਂ ਨੂੰ ਅੱਛਾ ਜੀਵਨ ਦਿੱਤਾ ਜਾ ਸਕਦਾ ਹੈਗਾ। ਪਰ ਡਾਕਟਰ ਅੰਬੇਡਕਰ ਨੂੰ ਉਸ ਵੇਲੇ ਦੇ ਜਿਹੜੇ ਸੀਗੇ ਹੋਰ ਆਗੂ ਦੇਸ਼ ਦੇ ਗਾਂਧੀ ਜੀ ਨਹਿਰੂ ਹੋਣੀ ਤੇ ਦੂਸਰੇ ਉਹਨਾਂ ਨੇ ਸਪੋਰਟ ਨਹੀਂ ਕੀਤਾ, ਉਹਨੇ ਕਿਹਾ ਵੀ ਇਹ ਤਾਂ ਪਰਮਾਤਮਾ ਦੀ ਦੇਣ ਆ, ਇਹ ਜਿਹੜੇ ਬੱਚੇ ਪੈਦਾ ਹੋਣੇ ਆ ਵੀ ਇਹ ਤਾਂ ਰੱਬ ਦੀ ਆ, ਬਈ ਅਸੀਂ ਇਹਦੇ ਚ ਕਿੱਦਾਂ ਦਖਲ ਦੇ ਸਕਦੇ ਹੈਗੇ ਆ। ਤਾਂ ਡਾਕਟਰ ਅੰਬੇਡਕਰ ਨੇ ਕਿਹਾ ਬਈ ਇਹ ਰੱਬ ਦੀ ਦੇਣ ਨਹੀਂ ਹੈਗੀ, ਬਈ ਜੇ ਹੁਣ ਮਨੁੱਖ ਦੀ ਨਸਬੰਦੀ ਕਰ ਦਿੱਤੀ ਜਾਂਦੀ ਆ ਔਰਤ ਦੀ ਤਾਂ ਬੱਚਾ ਪੈਦਾ ਨਹੀਂ ਹੋ ਸਕਦਾ, ਤੇ ਜਿਹੜੀ ਗੱਲ ਮਾਰਨ ਦੀ ਹੈਗੀ ਆ ਹਿਟਲਰ ਨੇ ਸੁਰੰਗਾਂ ਦੇ ਵਿੱਚ 1 ਕਰੋੜ 10 ਲੱਖ ਬੰਦਾ ਬੰਦ ਕਰਕੇ ਗੈਸ ਛੱਡ ਕੇ ਮਾਰ ਦਿੱਤਾ ਹੈਗਾ, ਇਹ ਜਿਹੜੀ ਤੁਹਾਡਾ ਵਿਸ਼ਵਾਸ ਆ ਵੀ ਮਾਰਨ ਜੰਮਣ ਦੀ ਬਸ ਰੱਬ ਦੇ ਆ ਗੱਲ, ਇਹ ਬਿਲਕੁਲ ਗੱਲ ਠੀਕ ਨਹੀਂ ਹੈਗੀ, ਗੱਲ ਮਨੁੱਖ ਦੀ ਆ। ਮੈਂ ਮਨੁੱਖ ਨੇ ਇਹ ਸਾਰਾ ਜਿਹੜਾ ਸੰਸਾਰ ਆ ਉਹਦਾ ਨਾਮਕਰਨ ਕੀਤਾ ਹੈਗਾ, ਮਨੁੱਖ ਨੇ ਇਹ ਸਾਰਾ ਵਿਕਾਸ ਕੀਤਾ ਹੈਗਾ ਆ, ਤੇ ਮਨੁੱਖ ਦੀ ਹੀ ਇਹ ਸਾਰੀ ਜੋ ਸਾਡੇ ਸਾਹਮਣੇ ਹੈਗੀ ਆ ਕੁਛ ਵੀ ਆ ਸੜਕਾਂ ਰੇਲਾਂ ਪੌੜਾਂ ਬਿਲਡਿੰਗਾਂ ਸਭ ਇਹ ਮਨੁੱਖ ਦੀ ਦੇਣ ਹੈਗੀ ਆ, ਤੇ ਇਸ ਲਈ ਆਬਾਦੀ ਵੀ ਮਨੁੱਖ ਹੀ ਪੈਦਾ ਕਰਦਾ ਹੈਗਾ, ਸਾਨੂੰ ਇਹ ਕਾਨੂੰਨ ਬਣਾਉਣਾ ਚਾਹੀਦਾ ਹੈਗਾ। ਉਹਨਾਂ ਨੇ ਬੰਬੇ ਅਸੈਂਬਲੀ ਦੇ ਵਿੱਚ ਲਿਆਂਦਾ ਵੀ 39 ਦੇ ਵਿੱਚ ਜੀ ਜੀ ਉਹਨਾਂ ਨੇ ਕਿਹਾ ਵੀ ਇਹ ਗੱਲ ਜਿਹੜੀ ਆ ਬਈ ਸਾਨੂੰ ਇਹ ਕਰਨਾ ਚਾਹੀਦਾ, ਪਰ ਉਸ ਵੇਲੇ ਦੇ ਸ਼ਾਸਕਾਂ ਨੇ ਕਿਉਂਕਿ ਉਹ ਵਿਸ਼ਵਾਸ ਅੰਧ ਵਿਸ਼ਵਾਸ ਰੱਖਦੇ ਸੀਗੇ ਉਹਨਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ, ਜਿਸ ਕਰਕੇ ਆਬਾਦੀ ਕੰਟਰੋਲ ਨਹੀਂ ਹੋਈ ਹੈਗੀ ਤੇ ਅੱਜ ਜਿਹੜੀ ਆਬਾਦੀ ਆ ਸਾਡੇ ਸਾਹਮਣੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈਗੀ ਆ। ਪਰ ਬਾਬਾ ਸਾਹਿਬ ਨੇ ਕਿਹਾ ਵੀ ਚਲੋ ਜੇ ਤੁਸੀਂ ਇਹ ਗੱਲ ਨਹੀਂ ਮੰਨਣੀ ਤਾਂ ਜਦੋਂ ਫਿਰ ਦੇਸ਼ ਆਜ਼ਾਦ ਹੋਇਆ ਤਾਂ ਫਿਰ ਡਾਕਟਰ ਅੰਬੇਡਕਰ ਨੇ ਕਿਹਾ ਵੀ ਏਦਾਂ ਕਰੋ ਵੀ ਤੁਸੀਂ ਮੈਨੂੰ ਪਲੈਨਿੰਗ ਦਾ ਮਹਿਕਮਾ ਦੇ ਦਿਓ, ਕਿਉਂਕਿ ਡਾਕਟਰ ਅੰਬੇਡਕਰ ਦੀ ਜਿਹੜੀ ਡਾਕਟਰੇਟ ਸੀਗੀ ਉਹ ਇਕੋਨਮੀ ਤੇ ਸੀਗੀ ਜੀ, ਮੈਂ ਇਹ ਦੇਸ਼ ਨੂੰ ਜੇ ਤੁਸੀਂ ਮੈਨੂੰ ਪਲੈਨਿੰਗ ਕਮਿਸ਼ਨ ਦਾ ਮਹਿਕਮਾ ਦੇ ਦਿਓ ਤਾਂ ਮੈਂ ਦੇਸ਼ ਨੂੰ ਮੁੜ ਕੇ ਸੋਨੇ ਦੀ ਚਿੜੀ ਬਣਾ ਸਕਦਾ ਹੈਗਾ। ਆਹ ਵੱਡੇ ਵੱਡੇ ਜਿਹੜੇ ਡੈਮ ਵੀ ਹੈਗੇ ਆ, ਹੀਰਾ ਕੌਣ ਡੈਮ, ਭਖੜਾ ਡੈਮ, ਇਹ ਸਾਰੀ ਡਾਕਟਰ ਅੰਬੇਡਕਰ ਦੀਆਂ ਪਲੈਨਿੰਗ ਹੈਗੀਆਂ। ਠੀਕ ਹੈ, ਤੇ ਡਾਕਟਰ ਅੰਬੇਡਕਰ ਨੂੰ ਇਹਨੀ ਪਲੈਨਿੰਗ ਕਮਿਸ਼ਨ ਦਾ ਨਹੀਂ ਬਣਾਇਆ ਤੇ ਨਹੀਂ ਤਾਂ ਉਹ ਚਾਹੁੰਦੇ ਸੀਗੇ, ਉਹ ਕਹਿੰਦੇ ਵੀ ਮੈਂ ਤਾਂ ਦੇਸ਼ ਨੂੰ ਇਸ ਢੰਗ ਨਾਲ ਇਸ ਦੇਸ਼ ਦੇ ਵਿੱਚ ਪੈਦਾਵਾਰ ਦੇ ਜਿਹੜੇ ਨੈਚੁਰਲ ਸੋਰਸਿਸ ਆ ਉਹ ਇੰਨੇ ਹੈਗੇ ਆ, ਇੱਥੇ ਖਣਿਜ ਪਦਾਰਥ ਇੰਨੇ ਹੈਗੇ ਆ, ਇੱਥੇ ਜ਼ਮੀਨ ਹੋਰ ਜੰਗਲ ਇੰਨੇ ਹੈਗੇ ਆ, ਵੀ ਜੇ ਪਲੈਨ ਬਣਾ ਕੇ ਆ ਜਿਹੜੀ ਵਰਕਿੰਗ ਕਲਾਸ ਹੈਗੀ ਆ ਜਾਂ ਜਿਹੜੇ ਗਰੀਬ ਲੋਕ ਹੈਗੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਤਾਂ ਇਹ ਦੇਸ਼ ਦੁਨੀਆ ਦੇ ਵਿੱਚ ਫਿਰ ਮੁੜ ਕੇ ਅਮੀਰ ਹੋਊਗਾ, ਜਿੱਦਾਂ ਬੁੱਧ ਤੋਂ ਬਾਅਦ ਅਸ਼ੋਕ ਵੇਲੇ ਸੀਗਾ, ਕਨਿਸ਼ਕ ਵੇਲੇ ਸੀਗਾ, ਮਿਲਿੰਦ ਵੇਲੇ ਸੀਗਾ। ਹੁਣ ਜੀ ਹੋਰ ਵੀ ਮੈਂ ਇੱਕ ਗੱਲ ਰਜੇਸ਼ ਜੀ ਦੱਸਣੀ ਚਾਹੁੰਦਾ, ਪ੍ਰੋਫੈਸਰ ਵਿਵੇਕ ਜੀ ਨੇ ਬਹੁਤ ਅੱਛਾ ਜਿਹੜਾ ਉਹਨਾਂ ਨੂੰ ਸਾਨੂੰ ਇਸ਼ਾਰਾ ਕੀਤਾ ਸੀ ਬੁੱਧ ਵੱਲ ਨੂੰ ਵੀ ਉਹਨਾਂ ਨੇ ਬੁੱਧ ਨੂੰ ਵੀ ਰਿਵਾਈਵ ਕੀਤਾ ਹੈਗਾ। ਅੱਜ ਜੇ ਸੰਸਾਰ ਦੇ ਵਿੱਚ ਭਾਰਤ ਦਾ ਨਾਂ ਆ ਨਾ
ਉਹ ਸਿਰਫ ਦੋ ਗੱਲਾਂ ਕਰਕੇ ਨਾ ਆਇਆ ਦੁਨੀਆਂ ਜਾਣ ਦੀ ਭਾਰਤ ਨੂੰ ਜੀ, ਬਈ ਇੱਕ ਭਾਰਤ ਦੇ ਵਿੱਚ ਬੁੱਧ ਹੋਇਆ, ਦੂਜਾ ਇੱਥੇ ਦੀ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੈਗੀ ਆ ਜਿਹੜੀ ਬਾਬਾ ਸਾਹਿਬ ਨੇ ਇਹ ਦੇਸ਼ ਦੇ ਵਿੱਚ ਲਿਆਂਦੀ ਹੈਗੀ ਆ, ਬਈ ਉਹ ਦੁਨੀਆਂ ਦੇ ਵਿੱਚ ਸਭ ਤੋਂ ਸਫਲ ਹੈਗੀ ਆ। ਬਿਲਕੁਲ ਠੀਕ ਹੈ, ਇਹ ਦੋ ਗੱਲਾਂ ਕਰਦੀਆਂ ਜਿਹੜਾ ਸੰਸਾਰ ਆ ਡਾਕਟਰ ਅੰਬੇਡਕਰ ਦੀ ਕਦਰ ਕਰਦਾ, ਔਰ ਉਹਨਾਂ ਨੇ ਇਹ ਵੀ ਗੱਲ ਕਲੀਅਰ ਕੀਤੀ ਵੀ ਕੁਛ ਲੋਕ ਕਹਿੰਦੇ ਵੀ ਜਿਹੜੀ ਮੈਂ ਪਾਰਲੀਮੈਂਟਰੀ ਡੈਮੋਕ੍ਰੇਸੀ ਇੱਥੇ ਲਿਆਂਦੀ ਆ ਦੇਸ਼ ਦੇ ਵਿੱਚ, ਵੀ ਮੈਂ ਫ੍ਰੈਂਚ ਰੈਵੋਲਿਊਸ਼ਨ ਤੋਂ ਲਈ ਆ, ਉਹਦੀ ਕਾਪੀ ਹੈਗੀ ਆ ਇਹ। ਡਾਕਟਰ ਅੰਬੇਡਕਰ ਨੇ ਇਸ ਗੱਲ ਦਾ ਵੀ ਜਵਾਬ ਦਿੱਤਾ ਵੀ ਮੈਂ ਇਹ ਫ੍ਰੈਂਚ ਰੈਵੋਲਿਊਸ਼ਨ ਤੋਂ ਨਹੀਂ ਲਈ ਹੈਗੀ, ਇਹ ਬੁੱਧਾਂ ਦਾ ਜਿਹੜਾ ਸੰਘ ਆ ਨਾ, ਜਦੋਂ ਬੁੱਧਾਂ ਦਾ ਰਾਜ ਸੀ ਅਸ਼ੋਕ ਮਲਿੰਦ ਹਰਸ਼ਵਰਧਨ ਕਨਿਸ਼ਕ ਵਗੈਰਾ, ਜਿਹੜੀ ਇਹ ਸੰਘ ਜਿਹੜਾ ਬੁੱਧ ਉਹਦੇ ਵਿੱਚ ਆ, ਇਹ ਸਿਸਟਮ ਮੈਂ ਉੱਥੋਂ ਲਿਆ ਹੈਗਾ। ਇਸ ਕਰਕੇ ਡਾਕਟਰ ਅੰਬੇਡਕਰ ਦੀਆਂ, ਕਿਉਂਕਿ ਅੱਜ ਦੇਖੋ ਏਸ਼ੀਆ ਦਾ ਜਿਹੜਾ ਚਾਨਣ ਕਿਹਾ ਜਾਂਦਾ ਬੁੱਧ ਨੂੰ, ਬੁੱਧ ਜੇ ਇਹ ਜਿਹੜੀ ਏਸ਼ੀਅਨ ਕੰਟਰੀ ਹੈਗੇ ਉਹਦੇ ਚ ਮੈਜੋਰਿਟੀ ਕੰਟਰੀ ਬੁੱਧਿਸਟ ਕੰਟਰੀ ਹੈਗੇ। ਬਿਲਕੁਲ ਜੀ, ਤੇ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈਗੀ ਆ ਵੀ ਜਿਹੜਾ ਸੰਸਾਰ ਆ ਨਾ, ਅੱਜ ਜਿਹੜੇ ਸੰਸਾਰ ਦੇ ਉੱਤੇ ਜੰਗ ਦੇ ਬੱਦਲ ਛਾਏ ਹੋਏ ਆ, ਅਮਰੀਕਾ ਕਹਿੰਦਾ ਮੇਰੀ ਸਾਰੀ ਦੁਨੀਆਂ ਤੇ ਚੌਧਰ ਹੋਵੇ, ਚੀਨ ਕਹਿੰਦਾ ਮੇਰੀ ਚੌਧਰ ਹੋਵੇ, ਇਸ ਲਈ ਇਸ ਰਸ਼ੀਆ ਕਹਿੰਦਾ ਸਾਡੀ ਚੌਧਰ ਹੋਵੇ, ਇਸ ਆੜ ਧਾੜ ਦੇ ਵਿੱਚ ਪੂਰੇ ਸੰਸਾਰ ਦੇ ਉੱਤੇ ਜੰਗ ਦਾ ਜਿਹੜਾ ਮਾਹੌਲ ਬਣਿਆ ਰਹਿੰਦਾ ਹੈਗਾ। ਪਰ ਅੱਜ ਜਿਹੜਾ ਸੰਸਾਰ ਆ ਉਹਨੂੰ ਜੰਗ ਦੀ, ਯੁੱਧ ਦੀ ਲੋੜ ਨਹੀਂ ਹੈਗੀ, ਉਹਨੂੰ ਬੁੱਧ ਦੀ ਲੋੜ ਹੈਗੀ ਆ, ਕਿਉਂਕਿ ਜਿਹੜੀ ਪਿੱਛੇ ਫੋਰਸ ਨਾਲ ਤਾਕਤ ਨਾਲ ਜਿੰਨੀਆਂ ਸਰਕਾਰਾਂ ਬਦਲੀਆਂ ਹੈਗੀਆਂ ਪਿਛਲੇ ਸਾਰੇ ਇਤਿਹਾਸ ਜਦੋਂ ਦਾ ਮਿਲਦਾ ਹੈਗਾ, ਉਨੀਆਂ ਉਸ ਤੋਂ ਕਈ ਸੈਂਕੜੇ ਗੁਣਾ ਵੱਧ ਸਰਕਾਰਾਂ ਜਿਹੜੀਆਂ ਆ 50 ਸਾਲ ਜਦੋਂ ਦੀ ਡੈਮੋਕ੍ਰੇਸੀ ਆਈ ਹੈਗੀ, ਲੋਕਤੰਤਰ ਆਇਆ ਹੈਗਾ, ਉਹਨੇ ਸੈਂਕੜੇ ਗੁਣਾ ਸਰਕਾਰਾਂ ਬਦਲ ਦਿੱਤੀਆਂ ਹੈਗੀਆਂ, ਔਰ ਉਹਦੇ ਵਿੱਚ ਮਨੁੱਖਤਾ ਦਾ ਘਾਣ ਵੀ ਨਹੀਂ ਹੋਇਆ ਹੈਗਾ, ਜਾਨ ਮਾਲ ਦਾ ਨੁਕਸਾਨ ਵੀ ਨਹੀਂ ਹੋਇਆ ਹੈਗਾ। ਤੇ ਇਸ ਕਰਕੇ ਵੀ ਬਾਬਾ ਸਾਹਿਬ ਨੇ ਜਿਹੜਾ ਇਹ ਡੈਮੋਕ੍ਰੇਟਿਕ ਸਿਸਟਮ ਨੂੰ ਅਡੋਪਟ ਕੀਤਾ ਹੈਗਾ, ਫੋਰਸ ਨੂੰ ਜਾਂ ਹਿੰਸਾ ਨੂੰ ਨਹੀਂ ਸਪੋਰਟ ਕੀਤਾ ਹੈਗਾ, ਇਸ ਕਰਕੇ ਵੀ ਉਹ ਜਿਹੜੇ ਹੈਗੇ ਆ ਸੰਸਾਰ ਪੱਧਰ ਦੇ ਉੱਤੇ, ਅੱਜ ਦੁਨੀਆਂ ਪੱਧਰ ਦੇ ਉੱਤੇ ਉਹਨਾਂ ਨੂੰ ਆਗੂ ਮੰਨਿਆ ਜਾ ਰਿਹਾ ਹੈ। ਬਹੁਤ ਵਧੀਆ ਜੀ ਡਾਕਟਰ ਸਾਹਿਬ, ਬੜੀ ਤੁਸੀਂ ਡਿਟੇਲ ਦੇ ਵਿੱਚ ਤੇ ਚੰਦ ਸ਼ਬਦਾਂ ਦੇ ਵਿੱਚ ਇੰਨੀ ਇਨਫੋਰਮੇਸ਼ਨ ਦਿੱਤੀ ਹੈ, ਮੈਨੂੰ ਲੱਗਦਾ ਵੀ ਲਿਸਨਰਸ ਨੇ ਵਾਕਈ ਇਹਦਾ, ਕਿਉਂਕਿ ਸਾਡੇ ਦੇਸ਼ ਨੇ ਇੱਕ ਬਹੁਤ ਵੱਡੇ ਲੀਡਰ ਹੋਏ ਨੇ ਤੇ ਬੁੱਧੀਜੀਵੀ ਹੋਏ ਨੇ ਜਿਨ੍ਹਾਂ ਨੇ ਆਪਣੇ ਇੰਨੇ ਛੋਟੇ ਲਾਈਫ ਸਪੈਨ ਦੇ ਵਿੱਚ ਕਿੰਨਾ ਕੁਛ ਚੇਂਜ ਕਰਤਾ ਜਿਹਦਾ ਇੰਪੈਕਟ ਦੁਨੀਆਂ 'ਚ ਜਾਂਦਾ। ਤੇ ਦੋ ਚੀਜ਼ਾਂ ਜਿਸ ਤਰ੍ਹਾਂ ਤੁਸੀਂ ਦੱਸੀਆਂ ਵੀ ਜੇ ਭਾਰਤ ਦੇ ਬਾਰੇ ਕੋਈ ਗੱਲ ਕੀਤੀ ਜਾਂਦੀ ਹਮੇਸ਼ਾ ਇਹ ਕਹਿ ਜਾਂਦਾ ਵੀ ਭਾਰਤ ਦੀ ਡੈਮੋਕ੍ਰੇਸੀ ਵੀ ਅਸੀਂ ਵਰਲਡਸ ਬਿਗੈਸਟ ਡੈਮੋਕ੍ਰੇਸੀ, ਸੋ ਉਹ ਡੈਮੋਕ੍ਰੇਸੀ ਦਿੱਤੀ ਕਿੰਨੇ ਡਾਕਟਰ ਅੰਬੇਡਕਰ ਨੇ, ਜੇ ਬੁੱਧ ਦੀ ਗੱਲ ਕਰਦੇ ਹਾਂ ਤੇ ਬੁੱਧ ਨੂੰ ਰਿਵਾਈਵ ਕਿੰਨੇ ਕੀਤਾ ਜਾਂ ਹੁਣ ਅੱਗੇ ਕਿੱਦਾਂ ਰਿਵਾਈਵ ਕੀਤਾ ਜਾ ਰਿਹਾ, ਤੇ ਉਹ ਵੀ ਡਾਕਟਰ ਅੰਬੇਡਕਰ ਨੇ। ਸੋ ਮੈਂ ਹੁਣ ਡਾਕਟਰ ਪ੍ਰੋਫੈਸਰ ਵਿਵੇਕ ਆਪਸੇ ਪੁੱਛਣਾ ਚਾਹੂੰਗਾ ਕਿ ਜੇ ਜਿਤਨੀ ਵੀ ਚੀਜ਼ਾਂ ਬਾਬਾ ਸਾਹਿਬ ਅੰਬੇਡਕਰ ਨੇ ਕੀ ਹੈ, ਉਸਨੇ ਉਨਕੀ ਐਜੂਕੇਸ਼ਨ ਕਾ ਬਹੁਤ ਬੜਾ ਰੋਲ ਹੈ ਬੇਸਿਕਲੀ, ਕਿਉਂਕਿ ਉਹ ਕਹਿੰਦੇ ਵੀ ਐਜੂਕੇਟ ਔਰਗਨਾਈਜ਼, ਐਜੂਕੇਟ ਐਜੂਕੇਟ ਐਂਡ ਔਰਗਨਾਈਜ਼। ਤੋ ਸਭਸੇ ਪਹਿਲੇ ਕੋਈ ਐਜੂਕੇਸ਼ਨ ਕੀ ਬਾਤ ਕਰਤੇ ਹੈ, ਵੀ ਐਜੂਕੇਸ਼ਨ ਹੋਣੀ ਜ਼ਰੂਰੀ ਹੈ, ਤੋ ਆਪ ਹਮੇ ਉਨਕੀ ਐਜੂਕੇਸ਼ਨ ਕੇ ਬਾਰੇ ਮੇਂ ਬਤਾਈਏ, ਕਿਉਂਕਿ ਵੋ ਕੋਲੰਬੀਆ ਯੂਨੀਵਰਸਿਟੀ ਮੇਂ ਪੜ੍ਹੇ ਔਰ ਕੋਲੰਬੀਆ ਯੂਨੀਵਰਸਿਟੀ ਮੇਂ ਆਪਨੇ ਪੜ੍ਹਾਇਆ ਵੀ ਇਤਨੀ ਦੇਰ, ਆਪਕੋ ਐਜ਼ ਏ ਪ੍ਰੋਫੈਸਰ ਇੰਡੀਆ ਸੇ ਸਪੈਸ਼ਲੀ ਬੁਲਾਇਆ ਗਿਆ ਤਾਕਿ ਆਪ ਵਹਾਂ ਪੇ ਆਕੇ ਪੜ੍ਹਾਏ, ਤੋ ਕੋਲੰਬੀਆ ਯੂਨੀਵਰਸਿਟੀ ਔਰ ਇੰਟਰਨੈਸ਼ਨਲੀ ਉਨਕੀ ਐਜੂਕੇਸ਼ਨ ਕੇ ਬਾਰੇ ਮੇਂ ਥੋੜ੍ਹਾ ਹਮੇ ਵਿਸਤਾਰ ਸੇ ਬਤਾਈਏ ਪਲੀਜ਼। देखिए बाबा साहब अम्बेडकर ने बड़ी मुश्किल से तो यहाँ पर भारत में रह करके, उनको बड़ी दुश्वारी आई जब वो शिक्षा ले रहे थे और वो चाहते थे जो पढ़ना चाहते थे वो भी नहीं पढ़ने दिया जाता था और बड़ी भेदभाव की जिंदगी जीते थे, पानी भी नहीं पीने के लिए मिलता था और कहीं आना और जाना होता था तो वो भी नहीं कर पाते थे, तो इस प्रकार से बड़ी दुश्वारियों का और बड़ी ही डिस्क्रिमिनेटरी लाइफ यहाँ पर उन्होंने जी। तो ये नारी चाहेंगे जी साढ़े को आने वाले टाइम च, कल भी कोशिश करेंगे कोई होर ਕਿਸੇ ਨਾ ਕਿਸੇ ਵੱਖਰੇ ਮੁੱਦੇ, ਤੁਹਾਨੂੰ ਪਤਾ ਜਿਸ ਤਰ੍ਹਾਂ ਸਰਵਣ ਦੀ ਕੋਸ਼ਿਸ਼ ਹੁੰਦੀ ਹਮੇਸ਼ਾ ਹੀ ਡਿਫਰੈਂਟ ਤੇ ਨਵਾਂ, ਜਿਹਨੂੰ ਕਹਿੰਦੇ ਇੱਕ ਐਕਸਪੈਰੀਮੈਂਟ ਕਹੋ ਜਾਂ ਨਵੀਂ ਚੀਜ਼ ਤੁਹਾਡੇ ਵਾਸਤੇ ਲੈ ਕੇ ਪੇਸ਼ ਕਰਦੇ ਹਾਂ, ਤੇ ਆਉਣ ਵਾਲੇ ਟਾਈਮ 'ਚ ਵੀ ਇਸੇ ਤਰੀਕੇ ਨਾਲ ਇਸ ਚੀਜ਼ ਨੂੰ ਜਾਰੀ ਰੱਖਾਂਗੇ। ਗੁੱਡ ਨਾਈਟ। ਪੰਜਾਬੀਅਤ ਦੀ ਮਸਤੀ ਵਿੱਚ ਰਵੋ ਮਲੰਗ 24 ਘੰਟੇ ਸੱਤੋ ਦਿਨ ਸਬਰੰਗ ਦੇ ਨਾਲ, ਸਬਰੰਗ ਰੇਡੀਓ 94.7 FM।